ਕੋਈ ਪੁਰਖ ਅਚਲ ਅਬਨਾਸੀ ਸਿਮਰਨ ਸੋਈ ਪੁਰਖ ਅਚਲ ਅਬਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਿਮਰਤ ਦੁਰਮਤ ਮਲ ਨਾਸੀ ਸਤਗੁਰ ਚਰਨ ਕਮਲ ਰਿਤ ਧਾਰਨ ਗੁਰੂ ਅਰਜਨ ਗੁਣ ਸਹਿਜ ਵਿਚਾਰਨ ਗੁਰੂ ਅਰਜਨ ਗੁਰੂ ਅਰਜਨ ਗੁਰੂ ਅਰਜਨ ਗੁਣ ਸਹਿਜ ਵਿਚਾਰਨ ਗੁਰੂ ਅਰਜਨ ਗੁਰੂ ਅਰਜਨ ਰਾਮਦਾਸ ਘਰ ਕਿਉਂ ਪਰਵਾਸਾ ਗੁਰੂ ਰਾਮਦਾਸ ਘਰ ਕਿਉਂ ਪਰਵਾਸਾ ਸਗਲ ਮਨੋਰਥ ਪੂਰੀ ਆਸਾ ਸਗਲ ਮਨੋਰਥ ਪੂਰੀ ਆਸਾ ਜਨਮਤ ਗੁਰਮਤ ਬ੍ਰਹਮ ਪਛਾਣਿਓ ਤਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਕਲ ਜੋੜ ਕਰ ਸੁਜਸ ਵਖਾਣਿਓ ਕਲ ਜੋੜ ਕਰ ਸੁਜਸ ਭਗਤ ਜੋਗ ਕੋ ਜੈਤਵਾਰ ਹਰ ਜਨ ਕੇ ਉਪਾਰ
ਸ਼ਬਦ ਗੁਰੂ ਪਰਗਾਸੀਆ ਸ਼ਬਦ ਗੁਰੂ ਪਰਗਾਸੀਆ ਹਰ ਰਸ ਨਿਵਸਾ ਰਸਨੇ ਬਸਾਇਆ ਗੁਰੂ ਨਾਨਕ ਅੰਗਦ ਅਮਰ ਲਾਗ ਗੁਰੂ ਨਾਨਕ ਅਮਰ ਲਾਗ ਉੱਤਮ ਪਦ ਪਾਇਓ ਉੱਤਮ ਪਦ ਪਾਇਓ ਗੁਰੂ ਅਰਜਨ ਕਰ ਗੁਰੂ ਰਾਮ ਗੁਰਾਮਦਾਸ ਭਗਤ ਉਤਰਿਆ ਭਗਤ ਜਬਲੋਨੇ ਭਾਗ ਲਾਰੂ ਉਦਰ ਤਬ ਲੋ ਭਰਮ ਤੇ ਫਿਰ ਤੇ ਬੋਧਾਇਓ ਗਲ ਗਾਇ ਸਮੁੰਦਰ ਮੈਂ ਬੂਡਤ ਥੇ ਕਬ ਹੂੰ ਮਿਟ ਹੈ ਨਹੀਂ ਸੇ ਬਚ
ਪਛਤਾਇਓ। ਨਹੀਂ ਰੇ ਪਛਤਾਇਓ ਜਗ ਔਰ ਨ ਜਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਣ ਗਿਓ ਗੁਰੂ ਅਰਜਨ। ਜਗ ਔਰ ਨ ਜਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਣ ਗਿਓ ਤਿਨਕੇ ਦੁੱਖ ਕੋਟਿਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ ਇਹ ਪਦਤ ਤੇ ਮਤ ਚੂਪੇ ਰੇ ਵੇਦ ਬਭੇਦ ਨ ਜਾਣ ਪੀਓ ਪ੍ਰਤਛ ਪ੍ਰਤਛ ਹਿਰਦੇ ਗੁਰੂ ਅਰਜਨ ਕੇ ਸਾਡੇ ਵਿੱਚ ਵੀ ਅਸੀਂ ਆਖਦੇ ਹਾਂ ਰੱਬ ਵੱਸਦਾ ਗੁਰੂ ਵੀ ਆਖਦਾ ਸਾਰਿਆਂ ਵਿੱਚ ਰੱਬ ਦਾ ਵਾਸਾ ਹੈ ਕਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਪਰ ਦਿਸਦਾ ਨਹੀਂ ਵੱਸਦਾ ਨਾ ਵੱਸਦਾ ਹੋਵੇ ਅਸੀਂ ਬੋਲ ਹੀ ਨਾ ਸਕੀਏ ਸਾਡਾ ਬੋਲਣਾ ਚੱਲਣਾ ਚੇਤਨਤਾ ਸਾਰੀ ਇਸ ਗੱਲ ਦੀ ਪ੍ਰਤੀਕ ਹੈ ਕਿ ਅੰਦਰ ਕੋਈ ਚਾਨਣ ਚੇਤਨਤਾ ਵੱਸਦੀ ਹੈ ਪਰ ਦੇਖ ਨਹੀਂ ਸਕਦੇ ਕਿਉਂ ਨਹੀਂ ਦੇਖ ਸਕਦੇ ਕਿਉਂਕਿ ਪ੍ਰਤੱਛ ਨਹੀਂ ਪ੍ਰਤੱਛ ਦਾ ਮਤਲਬ ਹੁੰਦਾ ਜਿਹੜੀ ਚੀਜ਼ ਦਿਸਦੀ ਹੋਵੇ ਪ੍ਰਤੱਖ ਹੋਵੇ ਛੁਪੀ ਹੋਈ ਨਾ ਹੋਵੇ ਪਰ ਇੱਕ ਖਿਆਲ ਕਰੋ ਸਾਡੇ ਵਿੱਚ ਅਤੇ ਗੁਰੂ ਅਰਜਨ ਵਿੱਚ ਇੱਕ ਅੰਤਰ ਹੈ ਕਿਉਂਕਿ ਬਚਨ ਕੀਤਾ ਸੀ ਆਪਾਂ ਗੁਰੂ ਅਰਜਨ ਪਾਤਸ਼ਾਹ ਜੀ ਦਾ ਪੁਰਬ ਅਗਲੇ ਹਫ਼ਤੇ ਮਨਾਵਾਂਗੇ ਮੇਰੀ ਮਜਬੂਰੀ ਹੈ ਸਿਹਤ ਕਰਕੇ ਥੋੜ੍ਹਾ ਸਮਾਂ ਦਿਲ ਕਰਦਾ ਸੀ ਬਹੁਤੀਆਂ ਗੱਲਾਂ ਗੁਰੂ ਅਰਜਨ ਦੀਆਂ ਕਰਾਂ ਗੱਲਾਂ ਮੁੱਕਦੀਆਂ ਨੇ ਪਰ ਉਹ ਜਿੰਨੀਆਂ ਕਰ ਸਕੀਏ ਆਪਣੀ ਰਸਨਾ ਤੋਂ ਪੱਟ ਕਹਿੰਦਾ ਹੈ ਰੱਬ ਸਾਡੇ ਤੁਹਾਡੇ ਵਿੱਚ ਪ੍ਰਤੱਖ ਨਹੀਂ ਰਹਿੰਦਾ ਛੁਪ ਕੇ ਰਹਿੰਦਾ ਪਰ ਗੁਰੂ ਅਰਜਨ ਦੇ ਹਿਰਦੇ ਵਿੱਚ ਪ੍ਰਤੱਖ ਰਹਿੰਦਾ ਸਾਡੇ ਵਿੱਚੋਂ ਰੱਬ ਢੂੰਡਣਾ ਹੋਵੇ ਬੜਾ ਮੁਸ਼ਕਿਲ ਬਣ ਜਾਏਗਾ ਗੁਰੂ ਅਰਜਨ ਵਿੱਚੋਂ ਰੱਬ ਦਿਸਦਾ ਹੈ ਪਟ ਕਹਿੰਦਾ ਪਰ ਤੱਛ ਹਿਰਦੇ ਗੁਰੂ ਅਰਜਨ ਕੇ ਹਰ ਪੂਰਨ ਬ੍ਰਹਮਣ ਵਾਸ ਲਿਆ ਗੁਰੂ ਅਰਜਨ ਗੁਣ ਤੇ
ਤੇਰੇ ਗੁਣ ਬਹੁਤੇ ਗੁਰੂ ਅਰਜਨ ਗੁਣ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਤੇਰੇ ਕਵਨ ਕਵਨ ਗੁਣ ਕੇ ਕਹਿ ਗਾਵਾਂ ਗੁਰੂ ਅਰਜਨ ਗੁਣ ਤੇਰੇ ਕਵਨ ਕਵਨ ਗੁਣ ਕੇ ਕਹਿ ਗਾਵਾਂ ਸਦ ਜੀਵਨ ਅਰਜਨ ਅਮੋਲ ਤੂੰ ਮਰਦਾ ਹੀ ਨਹੀਂ ਭੁਲੇਖਾ ਹੋਵੇਗਾ ਚੰਦੂ ਨੂੰ ਭੁਲੇਖਾ ਹੋਵੇਗਾ ਜਹਾਂਗੀਰ ਨੂੰ ਤੱਤੀਆਂ ਲੋਹਾਂ 'ਤੇ ਬਿਠਾ ਕੇ ਗੁਰੂ ਅਰਜਨ ਖਤਮ ਕਰ ਲਿਆ ਗੁਰੂ ਅਰਜਨ ਵੀ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਤਖ਼ਤ 'ਤੇ ਬੈਠਾ ਹੈ ਬੋਲ ਰਿਹਾ ਜੇ ਕਦੀ ਅੱਜ ਜਹਾਂਗੀਰ ਅਤੇ ਚੰਦੂ ਹੋਵੇ ਮੈਂ ਬੋਲਦਾ ਸੁਣਾ ਸਕਣਾ ਸਤਿਗੁਰੂ ਕਹਿੰਦੇ ਨੇ ਉਹਦੇ ਗੁਣਾਂ ਦੀ ਗੱਲਾਂ ਜਦੋਂ ਮੈਂ ਕਰਨਾ ਤਾਂ ਉਹਦੇ ਵਿੱਚ ਇਹ ਵੀ ਗੁਣਾ ਹੁੰਦਾ ਹੈ ਕਿ ਸਦ ਜੀਵਨ ਉਹ ਮਰਦਾ ਹੀ ਨਹੀਂ ਉਹ ਜੀਵ ਨਹੀਂ ਰਹਿੰਦਾ ਹੈ ਹੁਣ ਇਹ ਫੈਸਲਾ ਮੇਰਾ ਥੋੜ੍ਹਾ ਹੈ ਗੁਰਬਾਣੀ ਦਾ ਹੈ ਅਤੇ ਨਾਲ ਲਫਜ਼ ਇੱਕ ਵਰਤੇ ਨੇ ਕਹਿਣ ਲੱਗੇ ਗੁਰੂ ਅਰਜਨ ਗੁਣ ਸਹਿਜ ਵਿਚਾਰਨ ਸਹਿਜ ਦਾ ਮਤਲਬ ਹੁੰਦਾ ਜਿਹੜੇ ਸਹਿਜੇ ਹੀ ਗੁਣ ਹੋਣ ਉਚੇਚ ਨਾ ਹੋਵੇ ਕਈਆਂ ਦੀਆਂ ਮਨੁੱਖ ਸਿਫਤਾਂ ਕਰਦਾ ਉਚੇਚ ਨਾਲ ਕਰਦਾ ਹੈ ਉਸ ਉਚੇਚ ਨੂੰ ਖੁਸ਼ਾਮਦ ਆਖਦੇ ਨੇ ਕਿਸੇ ਦੀ ਉਚੇਚੀ ਸਿਫਤ ਕਰਨੀ ਕਿਸੇ ਦੇ ਉਚੇਚੇ ਗੁਣ ਗਾਉਣੇ ਪਰ ਇੱਥੇ ਕੱਲ ਭੱਟ ਕਹਿੰਦਾ ਦੁਨੀਆਂ ਦੇ ਲੋਕ ਕਿਤੇ ਸਮਝ ਲਿਓ ਮੈਂ ਕਿ ਗੁਰੂ ਅਰਜਨ ਸਾਹਿਬ ਦੀ ਖੁਸ਼ਾਮਦ ਕਰ ਰਿਹਾ ਕੋਈ ਉਚੇਚ ਨਾਲ ਉਹਦੇ ਗੁਣ ਗਾ ਰਿਹਾ ਨਹੀਂ ਸਹਿਜ ਵਿੱਚ ਜਿਹੜੇ ਉਹਦੇ ਗੁਣ ਹਨ ਉਹ ਹੀ ਗਾ ਰਿਹਾ ਬੜੀ ਸੋਹਣੀ ਲਿਸਟ ਫਰਮਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਦੀ ਲਿਸਟ ਦੀਆਂ ਬੜੀਆਂ ਗੱਲਾਂ ਨੇ ਬੜੀਆਂ ਗੱਲਾਂ ਗੁਣਾਂ ਦੀ ਲਿਸਟ ਇੱਥੋਂ ਤੱਕ ਆਖ ਦਿੱਤਾ ਕੁਲ ਸੋਢੀ ਗੁਰੂ ਰਾਮਦਾਸ ਤਨ ਇੱਥੇ ਤਨ ਤੋਂ ਭਾਵ ਹੈ ਪੁੱਤਰ ਸੰਤਾਨ ਕਰ ਸੋਢੀ ਗੁਰੂ ਰਾਮਦਾਸ ਤਨ ਧਰਮ ਧੁਜਾ ਤੁਜਾ ਕਹਿੰਦੇ ਨੇ ਝੰਡੇ ਨੂੰ ਨਿਸ਼ਾਨ ਨੂੰ ਤੁਜਾ ਫਹਿਰਾਈ ਝੰਡਾ ਫਹਿਰਾਇਆ ਅਤੇ ਨਿਸ਼ਾਨ ਕੀ ਹੁੰਦਾ ਨਿਸ਼ਾਨ ਸਾਹਿਬ ਜਿੱਥੇ ਪਤਾ ਹੋਵੇ ਆ ਇਸ ਪਾਰਟੀ ਦਾ ਇਸ ਅਸਥਾਨ ਦਾ ਇਸ ਸ਼ਕਤੀ ਦਾ ਅਤੇ ਗੁਰੂ ਅਰਜਨ ਸਾਹਿਬ ਦੀ ਗੱਲ ਕਰਦੇ ਹਾਂ ਕਹਿੰਦੇ ਨੇ ਮੈਂ ਜਦੋਂ ਗੁਰੂ ਅਰਜਨ ਸਾਹਿਬ ਦੇ ਗੁਣ ਗਾਉਣ ਲੱਗਣਾ ਮੈਨੂੰ ਦਿਸਦਾ ਮਨ ਨੂੰ ਧਰਮ ਦੀ ਤੁਜਾ ਹੈ ਕਿਸੇ ਨੇ ਧਰਮ ਦੇਖਣਾ ਹੋਵੇ ਗੁਰੂ ਅਰਜਨ ਸਾਹਿਬ ਨੂੰ ਦੇਖ ਲਵੇ ਗੁਣ ਨੇ
ਕੁਲ ਸੋਢੀ ਗੁਰੂ ਰਾਮਦਾਸ ਤਨ ਧਰਮ ਧੁਜਾ ਧਰਮ ਧੁਜਾ ਅਰਜਨ ਹਰ ਭਗਤਾ ਧਰਮ ਧੁਜਾ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾ ਗੁਰੂ ਅਰਜਨ ਗੁਣ ਸਹਿਜ ਵਿਚਾਰ ਮੈਂ ਵਿਸਤਾਰ ਵਿੱਚ ਨਾ ਜਾਵਾਂ ਕਹਿਣ ਲੱਗੇ ਜਦੋਂ ਮੈਂ ਉਹਨਾਂ ਦੇ ਚਰਨ ਕਮਲ ਭਾਵ ਉਹਨਾਂ ਦੇ ਬਾਰੇ ਹਿਰਦੇ ਵਿੱਚ ਪਿਆਰ ਪੈਦਾ ਆਵਾਜ਼ ਪੈਦਾ ਕਰਨਾ ਤਾਂ ਮੈਨੂੰ ਗੁਰੂ ਅਰਜਨ ਪਾਤਸ਼ਾਹ ਜੀ ਦੀ ਤਸਵੀਰ ਦਿਸ ਪੈਂਦੀ ਹੈ ਅਤੇ ਉਸ ਤਸਵੀਰ ਵਿੱਚ ਕੀ ਹੈ ਸਤ ਜੀਵਨ ਅਰਜਨ ਅਮੋਲ ਅਜੂਨੀ ਸੰਭਵ ਇੱਥੇ ਬਸ ਨਹੀਂ ਫਿਰ ਕਹਿੰਦੇ ਨੇ ਭੈ ਭੰਜਨ ਭੈ ਭੰਜਨ ਉਹਨੂੰ ਭੈ ਆਉਂਦਾ ਹੀ ਨਹੀਂ ਡਰ ਆਉਂਦਾ ਹੀ ਨਹੀਂ ਨਾ ਤੱਤੀਆਂ ਲੋਹਾਂ ਅਤੇ ਨਾ ਚੰਦ ਚੰਦੂ ਭੈ ਭੰਜਨ ਪਰ ਪੀਰ ਨਿਵਾਰਨ ਪਰਾਇਆ ਜਿਹੜਾ ਭਲਾ ਪਰਾਇਆ ਦੁੱਖ ਦੂਰ ਕਰਨ ਵਾਲਾ ਹੈ ਉਹਨੂੰ ਆਪ ਨੂੰ ਕਿ ਦੁੱਖ ਹੋ ਸਕਦਾ ਅਪਾਰ ਅਣੰਭ ਅਗੈ ਗਹਿਨ ਬ੍ਰਹਮ ਭ੍ਰਾਂਤ ਦਹਿਨ ਸੀਤਲ ਸੁਖਦਾਤੋ ਤੇਰੇ ਗੁਣਾਂ ਦੀ ਤਾਂ ਬੜੀ ਵੱਡੀ ਲਿਸਟ ਹੈ ਪਰ ਬਲਕਿ ਇੱਕ ਸਵਈਏ ਅੰਦਰ ਜਿਹੜੀ ਗੁਣਾਂ ਦੀ ਲਿਸਟ ਫਰਮਾਈ ਹੈ ਉਹਦੇ ਵਿੱਚ ਇੱਕ ਗੁਣ ਖਾਸ ਸਮਝਣ ਵਾਲਾ ਹੈ ਜਿਹੜਾ ਸਾਡਾ ਅੱਜ ਦੇ ਜੀਵਨ ਨਾਲ ਬਹੁਤ ਸੰਬੰਧਿਤ ਹੈ ਉਹਦੇ 'ਚ ਆਖਦੇ ਨੇ ਗੁਰੂ ਅਰਜਨ ਗੁਣ ਸਹਿਜ ਵਿਚਾਰ ਗੁਰੂ ਰਾਮਦਾਸ ਘਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਉਹਨੇ ਤਾਂ ਜਨਮ ਤੋਂ ਹੀ ਗੁਰਮਤ ਨੂੰ ਬ੍ਰਹਮ ਨੂੰ ਪਛਾਣ ਲਿਆ ਐਵੇਂ ਨਹੀਂ ਨਾਨਾ ਗੁਰੂ ਨੇ ਆਖ ਦਿੱਤਾ ਸੀ ਦੋਤਾ ਬਾਣੀ ਕਵਿਤ ਹਿਸਟਰੀ ਕਹਿੰਦੀ ਹੈ ਕਿ ਗੁਰੂ ਅਮਰਦਾਸ ਸਾਹਿਬ ਮੰਜਤ ਦਿਨਾਂਦਰ ਮੰਜਿਆਂ 'ਤੇ ਬੈਠ ਕੇ ਪਛਾਣ ਸਕਦੇ ਸਨ ਥਾਲ ਸਾਜ ਕੇ ਸਾਹਮਣੇ ਆਇਆ ਮੰਜੇ 'ਤੇ ਬੈਠ ਕੇ ਪ੍ਰਸ਼ਾਦ ਛਕਣ ਲੱਗੇ ਅਤੇ ਅਰਜਨ ਅਜੇ ਗੁਰੂ ਨਹੀਂ ਸਨ ਬਹੁਤ ਬਚਪਨ ਸੀ ਛੋਟਾ ਜਿਹਾ ਬੱਚਾ ਸੀ ਅਤੇ ਰਿੜਦੇ ਰਿੜਦੇ ਮੰਜੇ ਦੇ ਕੋਲ ਆ ਗਏ ਮੰਜੇ ਨੂੰ ਹੱਥ ਬਾਹੀ ਨੂੰ ਫੜ ਕੇ ਖੜ੍ਹੇ ਹੋ ਗਏ ਅਤੇ ਥਾਲ ਵਿੱਚ ਹੱਥ ਪਾਉਣ ਲੱਗੇ ਥਾਲ ਵਿੱਚ ਹੱਥ ਪਾਉਣ ਲੱਗੇ ਇਸਤਰੀ ਕਹਿੰਦੀ ਇਸਤਰੀ ਨਹੀਂ ਕਹਿੰਦੀ ਬਲਕਿ ਬਾਣੀ ਵੀ ਕਹਿੰਦੀ ਹੈ ਤੁਸੀਂ ਹੈਰਾਨ ਹੋ ਗਏ ਇਸਤਰੀ ਕਹਿੰਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਖਿਆ ਬੇਟਾ ਕਾਲਾ ਨਾ ਪਾਏ ਥਾਲ ਤੇਰੇ ਲਈ ਹੈ ਤੇਰਾ ਮੇਰਾ ਥਾਲ ਕੋਈ ਵੱਖਰਾ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਵੀ ਜਦੋਂ ਪੜ੍ਹਨਾ ਤਾਂ ਦੋ ਥਾਂ 'ਤੇ ਇੱਕੋ ਜਿਹੇ ਲਫਜ਼ ਨੇ ਗੁਰੂ ਅਰਜਨ ਪਾਤਸ਼ਾਹ ਜੀ ਦਾ ਜਿਹੜਾ ਸ਼ਬਦ ਹੈ ਉਹਨੂੰ ਆਪਾਂ ਮੁਦਾਵਣੀ ਆਖਦੇ ਹਾਂ
ਉਹਦੇ ਲਫ਼ਜ਼ ਨੇ ਥਾਲ ਵਿੱਚ ਤਿੰਨ ਵਸਤੂ ਪਈ ਹੋ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਿਓ ਸਾਰਾ ਥਾਲ ਜਿਹੜਾ ਅੱਜ ਤੁਹਾਨੂੰ ਤੁਹਾਨੂੰ ਸੌਂਪਿਆ ਅਤੇ ਅਜੀਬ ਗੱਲ ਹੈ ਇਹੋ ਹੀ ਸ਼ਬਦ ਦੀ ਇਹੋ ਹੀ ਰੂਪ ਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਇਹ ਨਹੀਂ ਕਿ ਗੁਰੂ ਅਰਜਨ ਪਾਤਸ਼ਾਹ ਜੀ ਦਾ ਹੀ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਵੀ ਹੈ ਉੱਥੇ ਕੀ ਬਲਫਜ਼ ਨੇ ਥਾਲੇ ਵਿੱਚ ਤ੍ਰੈ ਵਸਤੂ ਪਈ ਹੋ ਹਰ ਭੋਜਨ ਅੰਮ੍ਰਿਤ ਸਾਹਿਬ ਗੁਰੂ ਅਮਰਦਾਸ ਸਾਹਿਬ ਇਹ ਕਹਿ ਰਹੇ ਨੇ ਥਾਲੇ ਵਿੱਚ ਤ੍ਰੈ ਵਸਤੂ ਪਈ ਹੋ ਹਰ ਭੋਜਨ ਅੰਮ੍ਰਿਤਸਰ ਅਤੇ ਗੁਰੂ ਅਰਜਨ ਪਾਤਸ਼ਾਹ ਜਦੋਂ ਉਸ ਥਾਲ ਦੇ ਵਾਰਸ ਬਣਦੇ ਨੇ ਉਦੋਂ ਆਖਦੇ ਨੇ ਥਾਲ ਵਿੱਚ ਤਿੰਨ ਵਸਤੂ ਪਈ ਹੋ ਸਤ ਸੰਤੋਖ ਗੁਣ ਇਹੀ ਤਾਂ ਵਿਚਾਰ ਗੁਰਬਾਣੀ ਵਿੱਚੋਂ ਇਹ ਤਾਂ ਚੀਜ਼ਾਂ ਸਪਸ਼ਟ ਹੁੰਦੀਆਂ ਨੇ ਥਾਲੇ ਵਿੱਚ ਤ੍ਰੈ ਵਸਤੂ ਪਈ ਹੋ ਹਰ ਭੋਜਨ ਅੰਮ੍ਰਿਤਸਰ ਜਿਤ ਖਾਧੇ ਮਨ ਤ੍ਰਿਪਤੀ ਹੈ ਪਾਈ ਹੈ ਮੋਖ ਦੁਆਰ ਇਹ ਭੋਜਨ ਅਲੱਭ ਹੈ ਸੰਤੋ ਲੱਭੇ ਗੁਰ ਵਿਚਾਰ ਇਹੋ ਕੁਝ ਸਵਈਏ ਪਾਠ ਵਿੱਚ ਨਹੀਂ ਆਖਿਆ ਕਹਿਣ ਲੱਗੇ ਤੇ ਜਨਮਤ ਗੁਰਮਤ ਬ੍ਰਹਮ ਪਛਾਣਿਆ ਕੱਲ ਜੋੜ ਕਰ ਕੱਲ ਪਾਠ ਦਾ ਨਾਮ ਹੈ ਜੋੜ ਕਰ ਦਾ ਮਤਲਬ ਹੈ ਹੱਥ ਜੋੜ ਕੇ ਖੜਾ ਕੱਲ ਜੋੜ ਕਰ ਹਰ ਜਸ ਵਿਖਾਣੇ ਹੋ ਮੈਂ ਤੇਰੀਆਂ ਸਿਫਤਾਂ ਕਰ ਰਿਹਾ ਹੱਥ ਜੋੜ ਕੇ ਤੇਰੇ ਦਰਬਾਰ ਵਿੱਚ ਖੜਾ ਕੱਲ ਜੋੜ ਕਰ ਸੁਜਸ ਵਿਖਾਣੇ ਹੋ ਇਹ ਸੁਜਸ ਕੀ ਹੈ ਭਗਤ ਜੋ ਕੋ ਜੈ ਤੁਹਾਰ ਹਰ ਜਨ ਕਵਾਇਓ ਤੇਰੇ ਗੁਣ ਕੀ ਨੇ ਸ਼ਬਦ ਗੁਰੂ ਪ੍ਰਗਾਸੇ ਲੋ ਆਹ ਗੱਲ ਸਮਝਣ ਵਾਲੀ ਜਿਹੜਾ ਅੱਜ ਵੀ ਭੁਲੇਖਾ ਪਾਇਆ ਜਾ ਰਿਹਾ ਕਿ ਸ਼ਬਦ ਗੁਰੂ ਇਹ ਨਹੀਂ ਕੋਈ ਹੋਰ ਹੈ ਇਹ ਬਚਨ ਤਾਂ ਨਿਰਾ ਸ਼ਬਦ ਗੁਰੂ ਲਫਜ਼ ਭਾਵੇਂ ਗੁਰੂ ਨਾਨਕ ਨੇ ਵੀ ਆਖ ਦਿੱਤਾ ਜਦੋਂ ਕਿਹਾ ਨਾ ਤੇਰਾ ਬਚ ਕਵਨ ਗੁਰੂ ਕਿਸਕਾ ਤੂੰ ਚੇਲਾ ਅਤੇ ਜਵਾਬ ਮਿਲਿਆ ਸ਼ਬਦ ਗੁਰੂ ਸੁਰਤ ਚੇਲਾ ਪਰ ਇਹ ਗੱਲ ਬਹੁਤ ਪਹਿਲਾਂ ਆਪਣੀ ਰਸਨਾ ਤੋਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਵਕਤ ਹੀ ਹੋ ਗਏ ਉੱਥੇ ਲਫਜ਼ ਹੈਗਾ ਆਇਆ ਜਿਹੜਾ ਪ੍ਰਕਾਸ਼ ਹੋਇਆ ਨਾ ਸ਼ਬਦ ਗੁਰੂ ਪ੍ਰਗਾਸਿਓ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਿਹੜਾ ਪਹਿਲਾ ਪ੍ਰਕਾਸ਼ ਕੀਤਾ ਉਹ ਸ਼ਬਦ ਗੁਰੂ ਹੀ ਸੀ ਗੁਰੂ ਅਰਜਨ ਗੁਰੂ ਦਸਮ ਪਾਤਸ਼ਾਹ ਜੀ ਨੇ ਉਸੇ ਨੂੰ ਮੁੜ ਕੇ ਲਿਖਾਇਆ ਨਹੀਂ ਤਾਂ ਜੇ ਗੁਰੂ ਦਸਮ ਪਾਤਸ਼ਾਹ ਨੇ ਆਪਣੀ ਕੋਈ ਹੋਰ ਲਿਖਤ ਨੂੰ ਸ਼ਬਦ ਗੁਰੂ ਦਾ ਨਾਮ ਦੇਣਾ ਹੁੰਦਾ ਜਾਂ ਸਿੰਘਾਸਨ 'ਤੇ ਬਿਠਾਉਣਾ ਹੁੰਦਾ ਤਾਂ ਫਿਰ ਉਸ ਗੁਰੂ ਦਾ ਪ੍ਰਕਾਸ਼ ਨਾ ਕਰਦੇ ਬੜੀ ਅਜੀਬ ਗੱਲ ਹੈ ਸਾਡੇ ਸਾਹਮਣੇ ਗੁਰਬਾਣੀ ਵਿੱਚੋਂ ਉਦਾਹਰਨਾ ਫਿਰਨ ਅਸੀਂ ਭੁਲੇਖੇ ਵਿੱਚ ਪੈ ਰਹੇ ਹਾਂ ਕਿ ਅਸੀਂ ਕਹਿੰਦੇ ਹਾਂ ਦਸਮ ਪਾਤਸ਼ਾਹ ਜੀ ਦਾ ਗ੍ਰੰਥ ਕੋਈ ਵੱਖਰਾ ਹੈ ਹਾਲਾਂਕਿ ਆਪਣੀ ਰਸਾਂ ਤੋਂ ਕੱਲ੍ਹ ਪਾਠ ਗੁਰੂ ਅਰਜਨ ਪਾਤਸ਼ਾਹ ਜੀ ਦੇ ਵਕਤ ਦੀ ਲਫਜ਼ ਵਰਤ ਰਿਹਾ ਕਹਿੰਦੇ ਸ਼ਬਦ ਗੁਰੂ ਦਾ ਪ੍ਰਕਾਸ਼ ਕਰ ਦਿੱਤਾ ਉਹਨਾਂ ਨੇ ਹੋਰ ਵੱਖਰੇ ਸ਼ਬਦ ਗੁਰੂ ਦੇ ਪ੍ਰਕਾਸ਼ ਦੀ ਲੋੜ ਨਹੀਂ ਗੁਰੂ ਅਰ ਦਸਮ ਪਾਤਸ਼ਾਹ ਜੀ ਨੇ ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਪਾਈ ਤਾਂ ਉਸੇ ਦੇ ਅੰਦਰ ਪਾਈ ਉਧਰੋਂ ਬਾਹਰ ਨਹੀਂ ਪਾਈ ਉਹ ਮੁਦਾਵਣੀ ਦੇ ਅੰਦਰ ਪਾਈ ਕਹਿਣ ਲੱਗੇ ਸ਼ਬਦ ਗੁਰੂ ਇਹ ਇਹ ਸ਼ਬਦ ਗੁਰੂ ਜਿਹੜਾ ਕਿਸੇ ਹੋਰ ਥਾਂ ਨਹੀਂ ਟਿਕ ਸਕਦਾ ਗੁਰੂ ਅਰ ਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਕਿਉਂਕਿ ਸ਼ਬਦ ਗੁਰੂ ਹੈ ਇਸ ਲਈ ਇਹਦੀ ਕੋਈ ਪੋਥੀ ਵੱਖਰੀ ਨਹੀਂ ਬਣਾਈ ਜਾ ਸਕਦੀ ਜੇ ਉਹਦੀ ਪੋਥੀ ਵੱਖਰੀ ਬਣਾਉਂਦੇ ਤਾਂ ਫਿਰ ਆਪਣੇ ਰਚਨਾ ਵੀ ਵੱਖਰੀ ਕਰ ਲੈਂਦੇ
ਅੱਗੇ ਉਹਦੀ ਭਗਤ, ਬਲਕਿ ਗੁਰਬਾਣੀ ਅੰਦਰ ਇੱਕ ਲਫਜ਼ ਆਏ ਨੇ, ਸਤਿਗੁਰੂ ਨੇ ਬਾਣੀ ਵਿੱਚ ਆਖਿਆ ਹੈ ਕਿ ਸ਼ਬਦ ਗੁਰੂ ਉੱਥੇ ਹੀ ਵੱਸਦਾ ਹੈ ਜਿੱਥੇ ਉਹਦਾ ਟਿਕਾਣਾ ਹੋਵੇ। ਇਹੋ ਕਾਰਨ ਹੈ ਗੁਰੂ ਦਸਮ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਉਸ ਸ਼ਬਦ ਗੁਰੂ ਦੇ ਅੰਦਰ ਰੱਖੀ, ਬਾਹਰ ਨਹੀਂ ਰੱਖੀ। ਇਹ ਸਾਰੀਆਂ ਉਦਾਹਰਨਾਂ ਸਾਡੇ ਸਾਹਮਣੇ ਜਾਗਦੀ ਜੋਤ ਵਾਂਗੂ ਸਾਹਮਣੇ ਨੇ, ਫਿਰ ਵੀ ਅਸੀਂ ਭੁਲੇਖਾ ਖਾ ਰਹੇ ਹਾਂ। ਔਰ ਕੱਲ ਭਟਕ ਗੁਰੂ ਅਰਜਨ ਸਾਹਿਬ ਦੇ ਵਕਤ ਉਹਦੇ ਗੁਣ ਗਾਇਨ ਕਰਦਾ ਹੋਇਆ ਇਹ ਗੱਲ ਸਪਸ਼ਟ ਕਰਦਾ ਹੈ, ਕਹਿੰਦਾ ਸ਼ਬਦ ਗੁਰੂ ਪਰਗਾਸਿਓ ਸ਼ਬਦ ਗੁਰੂ ਪਰਗਾਸਿਓ ਹਰ ਰਸਨ ਬਸਾਇਓ ਭਗਤ ਜੋਗ ਕੋ ਜੈ ਦਵਾਰ ਹਰ ਜਨ ਕੇ ਉਪਾਇਓ ਸ਼ਬਦ ਗੁਰੂ ਪਰਗਾਸਿਓ ਹਰ ਰਸਨ ਬਸਾਇਓ ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ। ਇਹ ਤਿੰਨ ਜਾਮਿਆਂ ਦੀਆਂ ਸ਼ਕਤੀਆਂ ਨੇ ਸਨ, ਗੁਰੂ ਨਾਨਕ, ਗੁਰੂ ਅੰਗਦ ਅਤੇ ਗੁਰੂ ਅਮਰਦਾਸ ਸਾਹਿਬ ਅਤੇ ਰਾਮਦਾਸ ਗੁਰੂ ਜਗਤਾਰਨ ਕੋ ਗੁਰਜੋਤ ਅਰਜਨ ਮਹਿਤਰੀ। ਚਾਰੇ ਸ਼ਕਤੀਆਂ ਇਕੱਠੀਆਂ ਕਰਕੇ ਗੁਰੂ ਅਰਜਨ ਬਣਿਆ ਅਤੇ ਗੁਰੂ ਅਰਜਨ ਨੇ ਆਪਣੇ ਰਸਨਿਆਂ ਤੋਂ ਸ਼ਬਦ ਗੁਰੂ ਦਾ ਪ੍ਰਕਾਸ਼ ਕਰਕੇ ਸਪਸ਼ਟ ਫੈਸਲਾ ਦੇ ਦਿੱਤਾ ਕਿ ਗੁਰੂ ਜਿਹੜਾ ਹੈ, ਜਿਸ ਗੁਰੂ ਦਾ ਸ਼ਬਦ ਹੈ ਉਹ ਉਸੇ ਗੁਰੂ ਦੇ ਟਿਕਾਣੇ 'ਤੇ ਬੈਠ ਸਕਦਾ ਹੈ, ਕਿਉਂਕਿ ਗੁਰੂ ਵੱਖਰੇ ਵੱਖਰੇ ਨਹੀਂ, ਗੁਰੂ ਇੱਕੋ ਹੈ। ਇਸ ਲਈ ਭਾਵੇਂ ਦਸਵੇਂ ਜਾਮੇ ਤੱਕ ਜਾਮੇ ਵੱਖਰੇ ਵੇ, ਪਰ ਗੁਰੂ ਵੱਖਰਾ ਨਹੀਂ। ਅਤੇ ਇਸੇ ਲਈ ਕੱਲ੍ਹ ਭੱਟ ਵੀ ਆਪਣੀ ਰਸਨਾ ਤੋਂ ਜਦੋਂ ਇਹ ਗੱਲ ਕਹਿ ਰਿਹਾ ਨਾ, ਕਹਿੰਦਾ ਮੈਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਗੱਲ ਕਰ ਰਿਹਾ, ਪਰ ਮੈਨੂੰ ਇਹ ਪਤਾ ਹੈ ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਉੱਤਮ ਪਦ ਪਾਇਓ ਗੁਰੂ ਅਰਜਨ ਘਰ ਗੁਰੂ ਰਾਮਦਾਸ। ਗੁਰੂ ਅਰਜਨ ਵੀ ਮੰਨ ਲਓ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਵਿੱਚ ਇਉਂ ਇੱਕ ਵੱਖਰਾ ਜਾਮਾ ਹੀ ਆਇਆ ਹੈ, ਗੁਰੂ ਵੱਖਰਾ ਨਹੀਂ। ਸ਼ਬਦ ਗੁਰੂ ਦਾ, ਜੇ ਗੁਰੂ ਵੱਖਰਾ ਹੁੰਦਾ ਤਾਂ ਸ਼ਬਦ ਗੁਰੂ ਦਾ ਪ੍ਰਕਾਸ਼ ਕਰਨ ਲੱਗਿਆਂ ਵੀ ਵੱਖਰੇ ਵੱਖਰੇ ਗੁਰੂਆਂ ਦਾ ਦੀਪੋਥੀਆਂ ਬਣ ਜਾਂਦੀਆਂ, ਪਰ ਗੁਰੂ ਅਰਜਨ ਸਾਹਿਬ ਨੇ ਇਹ ਨਹੀਂ ਕੀਤਾ। ਫੈਸਲਾ ਕਰਕੇ ਇੱਕੋ ਥਾਂ 'ਤੇ ਇਕੱਤਰ ਕਰ ਦਿੱਤਾ, ਗੁਰੂ ਨਾਨਕ ਦੀ ਬਾਣੀ, ਗੁਰੂ ਅੰਗਦ ਸਾਹਿਬ ਦੀ ਬਾਣੀ, ਗੁਰੂ ਰਾਮਦਾਸ ਸਾਹਿਬ ਦੀ ਬਾਣੀ, ਅਤੇ ਉਸ ਗੁਰੂ ਰਾਮਦਾਸ ਸਾਹਿਬ ਗੁਰੂ ਅਰਜਨ ਪਾਤਸ਼ਾਹ ਜੀ ਦੀ ਜਿੰਨੀ ਬਾਣੀ ਸੀ ਉਹਦੀ ਪ੍ਰੋੜਤਾ ਵਿੱਚ ਜਿਹੜੀ ਗੱਲ ਪ੍ਰਵਾਨ ਸੀ ਉਹ ਭਗਤਾਂ ਦੀ ਬਾਣੀ ਵਿੱਚ ਰੱਖ ਦਿੱਤੀ, ਇੱਕ ਫੈਸਲਾ ਦੇ ਦਿੱਤਾ। ਇਹ ਹੈ ਸ਼ਬਦ ਗੁਰੂ ਪ੍ਰਕਾਸ਼ਿਓ, ਜਿਹੜਾ
ਸਿਹਰਾ ਗੁਰੂ ਅਰਜਨ ਪਾਤਸ਼ਾਹ ਜੀ ਦੇ ਵਿੱਚ, ਜਿਹੜਾ ਮਨੁੱਖ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਗੁਰੂ ਪ੍ਰਕਾਸ਼ ਦੇ ਅਗੇਂਸਟ ਕੁਝ ਵਿੱਚ ਵਿਚਾਰ ਰੱਖਦਾ ਹੈ, ਉਹ ਮਤ ਸਮਝੇ ਕਿ ਗੁਰੂ ਦਸਮ ਪਾਤਸ਼ਾਹ ਜੀ ਦੇ ਫੈਸਲੇ ਤੋਂ ਮੁਨਕਰ ਹੁੰਦਾ ਹੈ, ਗੁਰੂ ਅਰਜਨ ਪਾਤਸ਼ਾਹ ਜੀ ਦੇ ਫੈਸਲੇ ਤੋਂ ਵੀ ਮੁਨਕਰ ਹੁੰਦਾ ਹੈ। ਕਿਉਂਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ 100 ਵਰ੍ਹਾ ਪਹਿਲਾਂ ਪਰ ਇਹ ਫੈਸਲਾ ਕਰ ਦਿੱਤਾ, ਸ਼ਬਦ ਗੁਰੂ ਪ੍ਰਗਾਸਿਆ ਹਰ ਰਸਨ ਬਸਾ, ਹਰ ਰਸਨ ਬਸਾ, ਗੁਰੂ ਅਰਜਨ, ਗੁਰੂ ਅਰਜਨ ਗੁਣ ਸਹਿਜ ਵਿਚਾਰ, ਗੁਰੂ ਅਰਜਨ, ਗੁਰੂ ਅਰਜਨ, ਗੁਰੂ ਅਰਜਨ ਪਾਤਸ਼ਾਹ ਜੀ ਦਾ ਪੁਰਬ ਸਾਡੇ ਲਈ ਇੱਕ ਇਹ ਵੀ ਚੇਤਾਵਨੀ ਹੈ ਕਿ ਉਸਨੇ ਸ਼ਬਦ ਗੁਰੂ ਦਾ ਪ੍ਰਕਾਸ਼ ਕੀਤਾ ਹੈ। ਅਤੇ ਕੱਲ੍ਹ ਭੱਟ ਕਹਿੰਦਾ ਮੈਂ ਕੋਈ ਖੁਸ਼ਾਮੰਦ ਨਹੀਂ ਕਰ ਰਿਹਾ, ਉਹਦੇ ਗੁਣਾਂ ਦੀ ਲਿਸਟ ਦੱਸ ਰਿਹਾ। ਅੱਜ ਦਾ ਦਿਹਾੜਾ ਗੁਰੂ ਅਰਜਨ ਪਾਤਸ਼ਾਹ ਜੀ ਦੇ ਗੁਣਾਂ ਦੀ ਲਿਸਟ ਹੈ, ਉਹਦੇ ਉਸ ਗੁਣਾਂ ਵਿੱਚ ਹੀ ਉਹਦੀ ਸ਼ੀਤਲਤਾ ਹੈ, ਉਹਦੇ ਉਸ ਗੁਣਾਂ ਵਿੱਚ ਹੀ ਉਸਦੀ ਨਿਰਭੈਤਾ ਹੈ, ਉਸਦੇ ਉਹਨਾਂ ਗੁਣਾਂ ਦੀ ਲਿਸਟ ਵਿੱਚ ਹੀ ਉਹਦਾ ਸਾਧ ਜੀਵਨ ਹੈ। ਜਿਹਨੂੰ ਕੋਈ ਮਤ ਸਮਝੇ ਸ਼ਹੀਦ ਕਰ ਦਿੱਤਾ ਹੈ, ਖਤਮ ਕਰ ਦਿੱਤਾ ਹੈ। ਨਹੀਂ, ਗੁਰੂ ਅਰਜਨ ਅੱਜ ਵੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਸਾਡੇ ਸਾਹਮਣੇ ਪ੍ਰਗਟ ਹੈ। ਜਦੋਂ ਅਸੀਂ ਨਮਸਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਰੀਏ, ਮਨ ਅੰਦਰ ਇਹ ਵਿਸ਼ਵਾਸ ਹੋਣਾ ਚਾਹੀਦਾ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਹ ਫੈਸਲਾ ਦਿੱਤਾ, ਅਸੀਂ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਮਸਕਾਰ ਕਰ ਰਹੇ ਹਾਂ।